ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਡੋਗਰ, ਤਹਿਸੀਲ ਡੇਰਾ ਬਾਬਾ ਨਾਨਕ ਅਤੇ ਜ਼ਿਲ੍ਹਾ ਗੁਰਦਾਸਪੁਰ, ਅਤੇ ਸਭ ਤਹਿਸੀਲ ਜਿਹੜੀ ਫਤਿਹਗੜ੍ਹ ਚੂੜੀਆਂ ਲਾਗੇ, ਜਿਹੜਾ ਫਤਿਹਗੜ੍ਹ ਚੂੜੀਆਂ ਵੀਰ ਜੀ ਉਹਨਾਂ ਨੂੰ ਬਿਲਕੁਲ ਲਾਗੇ ਪੈ ਜਾਂਦਾ, ਅਤੇ ਰੋਡ ਦੇ ਉੱਤੇ ਜਿਹੜਾ ਵੀਰ ਜੀ ਉਹਨਾਂ ਦਾ ਪਿੰਡ ਆ, ਜਿਹੜਾ ਫਤਿਹਗੜ੍ਹ ਚੂੜੀਆਂ ਤੋਂ ਡੇਰੇ ਬਾਬੇ ਨਾਨਕ ਨਾਲ ਰੋਡ ਜਿਹੜਾ ਜਾਂਦਾ ਹੈ, ਅਤੇ ਚਾਰ ਗਾਵਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ, ਅਤੇ ਚਾਰੇ ਜਿਹੜੀਆਂ ਚੰਗੇ ਰਿਕਾਰਡ ਵਾਲੀਆਂ ਗਾਵਾਂ ਤੁਹਾਨੂੰ ਦਿਖਾਵਾਂਗੇ, ਗੱਬਣਾ ਵਹਿਣਾ ਤੁਹਾਨੂੰ ਦਿਖਾਉਣੀਆਂ ਵਾ, ਅਤੇ ਸੋਹਣੇ ਰਿਕਾਰਡ ਵਾਲੀਆਂ ਤੁਹਾਨੂੰ ਦਿਖਾਉਣੀਆਂ, ਚੰਗੇ ਦੁੱਧ ਵਾਲੀਆਂ। ਇੱਕ ਆ ਪੰਜਾਬ ਵਾਲੀ ਜਰਸੀ, ਤੁਹਾਨੂੰ ਕਾਫੀ ਕਮਾਲ ਦੀ ਜਰਸੀ ਤੁਹਾਨੂੰ ਦਿਖਾਉਣੀ ਹੈ, ਅਤੇ ਕਾਫੀ ਘੱਟ ਜਿਹੜੀ ਇਹੋ ਜਿਹੀ ਜਰਸੀ ਆਪਾਂ ਨੂੰ ਇਹਨਾਂ ਦਿਨਾਂ 'ਚ ਦੇਖਣ ਨੂੰ ਮਿਲਦੀ ਹੈ। ਗੱਲਬਾਤ ਆਪਾਂ ਵੀਰ ਨਾਲ ਕਰਦੇ ਹਾਂ ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਨਾਮ ਦੱਸ ਦਿਓ ਕਰੀ ਆਪਣਾ। ਨਾਮ ਉਹਦਾ ਅਵਤਾਰ ਸਿੰਘ ਆ, ਅਤੇ ਲੋਕ ਇੱਥੇ ਵੀਰੂ ਵੀ ਕਹਿੰਦੇ। ਅੱਛਾ, ਪਿੰਡ 'ਚ ਜਿਹੜਾ ਨਾਮ ਆ ਵੀਰੂ ਚੱਲਦਾ ਵਾ, ਠੀਕ ਆ। ਅਤੇ ਐਡਰੈਸ ਵੀ ਦੱਸ ਦਿਓ ਕਰੀ। ਐਡਰੈਸ ਜ਼ਿਲ੍ਹਾ ਗੁਰਦਾਸਪੁਰ ਆ। ਹਾਂਜੀ, ਤਹਿਸੀਲ ਜਿਹੜੀ ਆਪਣੀ ਫਤਿਹਗੜ੍ਹ, ਪਹਿਲਾਂ ਪਟਾਲਾ ਜਿਹੜਾ ਹੁਣ ਫਤਿਹਗੜ੍ਹ ਆ ਗਈ ਆ। ਅੱਛਾ ਅੱਛਾ, ਹਾਂਜੀ ਪਿੰਡ ਡੋਗਰਾ, ਠੀਕ ਹੈ। ਲਾਗੇ ਡੇਰਾ ਬਾਬਾ ਨਾਨਕ ਵੀ ਆਪਾਂ ਨੂੰ ਹੈ ਨਾ, ਅਤੇ ਜ਼ਿਆਦਾ ਲਾਗੇ ਫਤਿਹਗੜ੍ਹ ਚੂੜੀਆਂ ਆਪਾਂ ਨੂੰ, ਠੀਕ ਹੈ। ਅਤੇ ਫੋਨ ਨੰਬਰ ਇੱਕ ਵਾਰੀ ਬੋਲਦੇ ਆਪਾਂ, 8462-7293, ਠੀਕ ਹੈ ਜੀ। ਠੀਕ, ਕਰੀਏ ਫਿਰ ਸ਼ੁਰੂ ਹੋਣਾ। ਹਾਂਜੀ, ਸ਼ੁਰੂਆਤ ਜਿਹੜੀ ਆਪਾਂ ਸਭ ਤੋਂ ਪਹਿਲਾਂ ਜਿਹੜੀ ਪਹਿਲੇ ਨੰਬਰ 'ਤੇ ਜਿਹੜੀ ਆ ਵਾਲੀ ਵੈੜ, ਇਹਦੇ ਤੋਂ ਹੀ ਆਪਾਂ ਕਰਨੀ ਹੈ। ਕੱਦ ਕਾਠ ਦੀ ਅਤੇ ਬੋਡੀ ਵੇਟ ਦੀ ਜਿਹੜੀ ਚੰਗੀ ਆ, ਬਾਕੀ ਥਣਾਂ ਦਾ ਸਾਈਜ਼ ਅਤੇ ਗੈਪ ਆਪਾਂ ਦੇ ਸਕਦੇ, ਸੋਹਣਾ ਵਾ। ਕਿੰਨਵਾਂ ਸੂਆ ਸੋਨਾ ਵੀਰ ਜੀ ਨੇ? ਅੱਛਾ, ਪਹਿਲਾ ਸੂਆ ਆ, ਬਾਕੀ ਕੱਦ ਕਾਠ ਚੰਗਾ ਜਿਹੜਾ ਇਹਦਾ, ਹੈ ਨਾ। ਜਰਸੀ ਥੋੜੀ ਥੋੜੀ ਜਰਸੀ ਕਰਾਸ ਹੀ ਆ, ਹੈ ਨਾ। ਬਾਕੀ ਗਰਮੀ ਦੀ ਵੀ ਕੋਈ ਏਡੀ ਗੱਲ ਨਹੀਂ, ਗਰਮੀ ਨਹੀਂ ਕਰੇਗੀ, ਬਹੁਤ ਸੋਹਣਾ ਜੀ। ਠੀਕ ਹੈ ਜੀ, ਹਾਂਜੀ ਹਾਂਜੀ। ਕਿੰਨਾ ਕੁ ਟਾਈਮ ਸੋਨ 'ਚ ਖੜਦੀ ਜੀ? ਅੱਛਾ, 10 ਦਿਨ ਲੈ ਜਾਊਗੀ। ਦੁੱਧ ਕਿੰਨਾ ਚਵਾ ਦੂਗੀ? 20+ ਹੀ ਜਾਊਗੀ। ਅੱਛਾ, 20+ ਜਿਹੜਾ ਚਵਾਈ। ਅੱਛਾ, ਫਾਰਮ ਦੀਆਂ ਸਾਰੀਆਂ, ਫਾਰਮ ਦੀਆਂ ਕਿ ਕੋਈ ਲੋਕਲ ਵੀ? ਫਾਰਮ 'ਚੋਂ ਲਈਆਂ ਬੱਚੀਆਂ। ਅੱਛਾ, ਫਾਰਮ ਦੀਆਂ ਹੀ ਆ ਸਾਰੀਆਂ, ਠੀਕ ਆ। ਅਤੇ ਦੰਦੋਂ ਪਤਾ ਜੀ ਕਿੱਦਾਂ? ਅੱਛਾ, 2 ਦੰਦ ਆ, ਚੈੱਕ ਕਰਾ ਦੀਏ ਕਰੀ ਦੰਦ, ਠੀਕ ਆ ਜੀ। ਦੰਦ ਵਿਖਾ ਦਿਓ ਜੀ, ਦੇਖ ਕਰੀ। ਮੂੰਹ ਫੜਾਉਣ ਤਾਂ ਥੋੜ੍ਹਾ ਜਿਹਾ ਕਰਦੀ ਆ, ਆ ਦੇ ਸਕਦੇ ਜੀ, ਪਿਓਰ 2 ਦੰਦ ਆ ਜਿਹੜੀ। ਇੱਕ ਵਾਰੀ ਫਿਰ ਦਿਖਾਇਓ ਚੰਗੀ ਤਰ੍ਹਾਂ, ਆ ਦੇ ਸਕਦੇ ਜੀ, ਠੀਕ ਹੈ ਜੀ। ਲੈ ਜਾ ਜੀ, ਬਾਕੀ ਚੰਗਾ ਹਵਾਨਾ ਜਿਹੜਾ ਤਿਆਰ ਕਰੂਗੀ। ਤੋਰ ਦਿਓ ਥੋੜ੍ਹੀ ਲੰਮੀ, ਤੋਰ ਦਿਓ ਉੱਧਰ ਨੂੰ, ਤੋਰ ਦਿਓ ਥੋੜ੍ਹੀ ਜੀ। ਠੀਕ ਹੈ ਜੀ, ਆ ਜਾਓ, ਲੈ ਆਓ, ਬੰਨ ਦਿਓ ਜੀ। ਬਾਕੀ ਕੱਦ ਕਾਠ ਦੀ ਵੀ ਜਿਹੜੀ ਚੰਗੀ ਆ, ਅਤੇ ਰੰਗ ਰੂਪ ਦੀ ਵੀ ਜਿਹੜੀ ਸੋਹਣੀ ਆ, ਅਤੇ ਮੂੰਹ ਜਿਹੜੇ ਪਿਓਰ 2 ਦੰਦ ਆ ਜਿਹੜੀ ਆਪਾਂ ਤੁਹਾਨੂੰ ਚੈੱਕ ਕਰਾਤੀ ਆ ਨੇ, ਅਤੇ ਹਵਾਨਾ ਸੋਨ ਤੱਕਰ ਜਿਹੜਾ ਇਹਨੇ ਚੰਗਾ ਤਿਆਰ ਕਰਨਾ। ਅਤੇ ਕੀ ਮੁੱਲ ਜੇ ਵਿਧੀ ਇਹਦਾ ਫਿਰ? ਜੀ ਮੁੱਲ ਤਾਂ ਵੇਖੋ ਜੀ, ਇਹੋ ਜਿਹੀਆਂ ਮੱਛੀਆਂ ਨੇ 1 ਲੱਖ, ਕੋਈ 1.25 ਲੱਖ ਕਰੀ ਜਾਂਦਾ। ਹਾਂਜੀ, ਅਤੇ ਆਪਾਂ ਬਹੁਤ ਭਾਣਾ, ਸਾਨੂੰ ਭਾਣਾ ਮਿਲੀ, ਆਪਾਂ ਭਾਣੇ ਦੇਵਾਂਗੇ ਮੱਛੀ। ਕਿੰਨੇ ਕੁ ਭਾਅ 'ਚ ਦੇ ਦੇਣੀ ਜੀ? 65,000 ਦੀ ਮੱਛੀ ਦੇ ਦਾਂਗੇ ਭਾਅ ਜੀ। ਅੱਛਾ, ਹਾਂਜੀ, 65,000 ਦੀ ਦੇ ਦੋਗੇ? ਕਰ ਦੋਗੇ ਮਾਨ ਤੁਹਾਨੂੰ? ਚੰਗਾ, ਕਰ ਦਾਂਗੇ, ਮੌਕੇ 'ਤੇ ਕਰ ਦਾਂਗੇ, ਮੌਕੇ 'ਤੇ ਕਰ ਦੋਗੇ, ਛੋਟ ਛਾਟ ਕਰ ਦਾਂਗੇ ਜੀ। ਠੀਕ ਹੈ ਜੀ, ਠੀਕ। ਅਤੇ ਹੁਣ ਜਿਹੜੀ ਤੁਹਾਨੂੰ ਆਪਾਂ ਦੂਸਰੇ ਨੰਬਰ 'ਤੇ ਤੁਹਾਨੂੰ ਦਿਖਾਉਣੀ ਆ, ਕਾਫੀ ਪਿਆਰੀ ਜਰਸੀ ਆ ਜਿਹੜੀ, ਕੱਦ ਕਾਠ ਵੀ ਜਿਹੜਾ ਇਹਦਾ ਚੰਗਾ ਵਾ, ਅਤੇ ਬਾਕੀ ਥਣਾਂ ਦਾ ਸਾਈਜ਼ ਗੈਪ ਜਿਹੜਾ ਕਾਫੀ ਪਿਆਰਾ ਵਾ, ਚਿਹਰਾ ਇਹਦਾ ਇੱਕ ਵਾਰੀ ਦੇਖ ਸਕਦੇ ਜੀ। ਪੰਜਾਬ ਵਾਲੀ ਜਰਸੀ ਆ ਜਿਹੜੀ, ਕਾਫੀ ਚੰਗੀ ਬੇਲ ਵੀ ਆ ਇਹਦੀ, ਅਤੇ ਕੱਦ ਕਾਠ ਵੀ ਜਿਹੜਾ ਚੰਗਾ ਵਾ। ਇਹ ਵੀ ਵੀਰ ਜੀ ਫਾਰਮ ਦੀ ਜੀ? ਹਾਂਜੀ, ਇਹ ਵੀ ਫਾਰਮ ਦੇ ਲਈ ਭਾਜੀ। ਅਤੇ ਇਹਨੇ ਕਿੰਨਵਾਂ ਸੂਆ ਸੋਨਾ ਜੀ? ਇਹ ਦੂਜਾ ਸੂਆ ਜੀ ਭਾਜੀ, ਦੂਸਰਾ ਸੂਆ ਸੋਨਾ। ਹਾਂਜੀ ਹਾਂਜੀ ਹਾਂਜੀ। ਅਤੇ ਪਤਾ ਪਹਿਲੇ ਸੂਏ ਕਿੰਨਾ ਦੁੱਧ ਚਵਾਇਆ? ਪਹਿਲੇ ਸੂਏ 22-23 ਲੀਟਰ ਦਿੰਦੀ ਰਹੀ ਆ, ਅੱਗਾਂ 25+ ਜਾਊਗੀ ਮੱਛੀ। ਅੱਛਾ, 25 ਤੱਕਰ ਚਲ ਜੂਗੀ ਇਹ ਫਾਰਮ ਦੇ ਲਈ ਮੱਛੀ। ਅੱਛਾ, ਹਾਂਜੀ ਹਾਂਜੀ। ਅਤੇ ਕਿੰਨਾ ਕੁ ਟਾਈਮ ਸੋਨ 'ਚ ਖੜਦੀ ਜੀ? 10 ਦਿਨ ਲੈ ਜੂਗੀ ਇਹਦੇ। 10 ਦਿਨ ਲੈ ਜੂਗੀ। ਅਤੇ ਇਹਦਾ ਦੰਦੋਂ ਪਤਾ ਜੀ ਕਿਤਨਾ ਜੀ? ਦੰਦੋਂ ਇਹ ਛਿੱਗੀ ਹੋਣੀ ਆ ਮੇਰੇ। ਅੱਛਾ, ਇਹ ਦੰਦੋਂ ਛਿੱਗੀ ਹੋਣੀ ਆ, ਠੀਕ ਆ। ਚਿਹਰਾ ਇੱਕ ਵਾਰੀ ਦੇਖ ਸਕਦੇ, ਕਾਫੀ ਪਿਆਰਾ ਜਿਹੜਾ ਚਿਹਰਾ ਵਾ ਇਹਦਾ, ਬਾਕੀ ਬੋਦੀ ਵਾਲੀ ਬੈਡ, ਛੋਟਾ ਛੋਟਾ ਜਿਹੜਾ ਇਹਦਾ ਕੰਨ ਆ, ਅਤੇ ਉਂਝ ਆ ਵੀ ਠੰਡੀ ਧੀਰੀ। ਇਹ ਟਾਈਮ ਕਿੰਨਾ ਕੁ ਲੈ ਜਾਊ ਜੇ ਸੋਨ 'ਚ? 10 ਦਿਨ ਲੈ ਜਾਊਗੀ। 10 ਦਿਨ ਲੈ ਜਾਊਗੀ, ਹਾਂਜੀ ਹਾਂਜੀ। ਖੋਲੋ ਹਾਂ ਫਿਰ, ਤੋਰੀਆ ਕਰੀ ਨਵੀਂ। ਬਾਕੀ ਜਿਹੜਾ ਵਾ ਸਾਰੀਆਂ ਲਗਭਗ ਹਫ਼ਤੇ 10 ਦਿਨਾਂ ਦੀਆਂ ਜਿਹੜੀਆਂ ਕੱਚੀਆਂ ਵਾ,
ਤੇ ਇੰਨੇ ਚਿਰ 'ਚ ਜਿਹੜਾ ਵਾ ਪਸ਼ੂ ਘਰੇ ਜਾ ਕੇ ਜੀ ਵੀ ਲਾ ਜਾਂਦਾ ਅਤੇ ਕੋਈ ਵੀਰ ਆਪਣੇ ਹਿਸਾਬ ਨਾਲ ਜਿਹੜੀ ਸਾਂਭ ਵੀ ਕਰ ਲੈਂਦਾ। ਬਾਕੀ ਜਿੰਨਾ ਵੀਰਾਂ ਨੂੰ ਪਤਾ ਹੈ ਉਹਨਾਂ ਨੂੰ ਬਹੁਤਾ ਦੱਸਣ ਦੀ ਲੋੜ ਵੀ ਨਹੀਂ ਆ ਕਿਉਂਕਿ ਵੇੜਾ ਆਪ ਹੀ ਜਿਹੜਾ ਦੱਸਦੀ ਆ ਮੂੰਹ। ਹਾਂਜੀ ਠੀਕ ਹੈ ਜੀ ਲੈ ਆਇਓ ਜੀ। ਹੁਣ ਤੱਕ ਹਵਾਨਾ ਜਿਹੜਾ ਚੰਗਾ ਤਿਆਰ ਕਰਨਾ ਇਹਨੇ ਵੀ ਆਉਂਦੇ ਸਾਡੇ ਕਾਫੀ ਢਿੱਲਾ ਢੁੱਲਾ ਹਵਾਨੇ 'ਚ ਆ ਅਤੇ ਬਾਕੀ ਮਿਲਕ ਮੇਨ ਵੀ ਕਾਫੀ ਸੋਹਣੀ ਲੱਗੀ ਆ ਜਿਹੜੀ। ਅਤੇ ਇਹਦਾ ਕੀ ਮੁੱਲ ਜੀ ਵੀਰ ਜੀ? ਮੁੱਲ ਵੀਰ ਜੀ ਇਹਦਾ ਭਾਵੇਂ 80 ਕਰਾ ਲਓ 90 ਕਰਾ ਲਓ ਜੀ। ਅੱਛਾ 70 ਤੋਂ ਮਾਨ ਤਾਨ ਕਰ ਦਾਂਗੇ ਭਾਜੀ, ਛੋੜ ਕਰ ਦਾਂਗੇ 2000 ਰੁਪਏ। ਅੱਛਾ ਬਰਾਬਰ ਹੀ ਕਰ ਦਿਓ ਉਹਦਾ ਜਿੰਨਾ ਹੁਣ। ਚਲੋ ਕੋਈ ਗੱਲ ਨਹੀਂ ਬਰਾਬਰ ਹੀ ਕਰ ਦਾਂਗੇ ਭਾਜੀ। ਅੱਛਾ ਇਹ ਵੀ 65 ਕਰ ਦਿਆ ਪਰ ਇਹ ਆ ਵੀ ਇਹਦੇ ਨਾਲ ਦੀ ਬਰੀਡ ਭਾਵੇਂ ਜਿਹੜੇ ਜਿੰਨੇ ਮਰਜ਼ੀ ਪਿੰਡ ਫਿਰ ਲਓ ਇਹ ਨਸਲ ਨਹੀਂ ਲੱਭੇਗੀ, ਪਿਓਰ ਜਰਸੀ ਆ ਜਿਹੜੀ। ਹਾਂਜੀ ਇਹ ਤਾਂ ਆਪਾਂ ਤੁਹਾਡੀ ਗੱਲ ਸਹੀ ਕਹਾਂਗੇ ਕਿਉਂਕਿ ਬਾਕੀ ਸੋਹਣੀ ਜਰਸੀ ਆ ਜਿਹੜੀ ਕੋਈ ਵੀਰ ਇੱਥੇ ਆ ਕੇ ਪਸੰਦ ਕਰਕੇ ਖੜੇ। ਗਾਂ ਵੀ ਕਿਸੇ ਵੀਰ ਨੇ ਚੰਗੇ ਬੱਚੇ ਲੈਣੇ ਆ ਉਹ ਵੀ ਰਾਸਤੇ ਵੀ ਜਿਹੜੀ ਚੰਗੀ ਆ, ਅਤੇ ਜੇ ਕੋਈ ਜੋੜਾ ਹੀ ਇਕੱਠਾ ਹੀ ਲੈ ਜੂਗਾ ਤਾਂ ਮਾਨ ਤਨ ਵੱਧ ਕਰ ਦੋਗੇ? ਕਰ ਦਾਂਗੇ। ਠੀਕ ਆ ਜੀ। ਹਾਂਜੀ ਅਤੇ ਹੁਣ ਜਿਹੜੀ ਆਪਾਂ ਇੱਕ ਹੋਰ ਦਿਖਾਉਣੀ ਆ ਕੱਦ ਕਾਠ ਅਤੇ ਜਿਹੜਾ ਇਹਦਾ ਵੀ ਕਾਫੀ ਉੱਚਾ ਹੀ ਆ। ਬਾਕੀ ਥਣਾਂ ਦਾ ਸਾਈਜ਼ ਅਤੇ ਗੈਪ ਜਿਹੜਾ ਕਾਫੀ ਪਿਆਰਾ ਵਾ ਆ ਦੇ ਸਕਦੇ, ਕਾਫੀ ਦੂਰ ਦੂਰ ਜਿਹੜਾ ਥਣ ਲੱਗਾ ਅਤੇ ਚੰਗੇ ਗੈਪ 'ਤੇ ਥਣ ਜਿਹੜਾ ਲੱਗਾ। ਇਹਨੇ ਵਿੱਚ ਜੀ ਕਿੰਨਵਾਂ ਸੂਆ ਸੋਨਾ ਜੀ? ਇਹ ਦੂਜਾ ਸੂਆ ਜੀ ਭਾਜੀ। ਅੱਛਾ ਇਹਦਾ ਦੂਸਰਾ ਸੂਆ ਆ। ਹਾਂਜੀ ਹਾਂਜੀ ਅਤੇ ਚੌਕੀ ਜੋ ਮੂੰਹ ਹੈ। ਅੱਛਾ ਚਾਰ ਦੰਦ ਸੂਆ ਦੂਸਰਾ ਅਤੇ ਮੂੰਹ ਜਿਹੜੀ ਚਾਰ ਦੰਦ ਆ। ਹਾਂਜੀ ਹਾਂਜੀ ਬਹੁਤ ਠੰਡੀ ਠੁੰਡੀ ਹੈ ਜੀ। ਠੀਕ ਹੈ ਜੀ। ਹਾਂਜੀ ਹਾਂਜੀ ਇਹਦੇ ਤਾਂ ਹਾਈਟ ਤੁਹਾਡੇ ਜਿੱਡੀ ਚਾਰਦੀ ਹੈ। ਹਾਂਜੀ ਹਾਂਜੀ ਲੱਗ ਖਲੋਗੇ ਇੱਕ ਵਾਰੀ ਦਿਖਾ ਦੇ। ਸਾਰਦੀ ਬੱਚੀ ਹੈ ਜੀ। ਅੱਛਾ ਜੀ। ਹਾਂਜੀ ਹਾਂਜੀ ਤੇ ਇਹਨੇ ਕਿੰਨਾ ਕੁ ਪਹਿਲੇ ਸਵੇ ਦੁੱਧ ਕੱਢਿਆ ਜੀ? ਇਹ ਵੀ 20 ਪਲੱਸ ਹੀ ਗਈ ਆ ਨਾ ਐਰਕਾਂ ਵੀ 24-25 ਲੀਟਰ ਕੱਢੇਗੀ ਜੀ। ਅੱਛਾ ਹਾਂਜੀ 24-25 ਲੀਟਰ ਜਿਹੜਾ ਐਰਕੇ ਵੀ ਦੁੱਧ ਚਵਾ ਦੋਗੇ? ਹਾਂਜੀ ਭਾਈ ਖੁੱਲ ਗਿਆ ਫਿਰ ਤੋਰੀ ਆ ਕਰੀ ਇਹਨਾਂ। ਬਾਕੀ ਪਸ਼ੂ ਜਿਹੜੇ ਕਾਫੀ ਕਮਾਲ ਦੇ ਆ ਵੀਰ ਜੀ ਉਹਨਾਂ ਕੋਲ ਚੰਗੀ ਚੀਜ਼ ਦਾ ਜਿਹੜਾ ਮੁੱਲ ਵੀ ਫਿਰ ਜਿਹੜਾ ਚੰਗਾ ਹੀ ਹੁੰਦਾ ਵਾ। ਸੂਆ ਜਿਹੜਾ ਇਹਦਾ ਦੂਸਰਾ ਵਾ ਲੈ ਜਾ ਲੈ ਜਾ ਲੰਮੀ ਤੋਰ ਦੇ ਥੋੜ੍ਹੀ ਜਿਹੀ। ਬਾਕੀ ਚੰਗੀ ਸਾਂਭ ਵਾਲੀ ਜਗ੍ਹਾ ਤੋਂ ਆਈਆਂ ਪਿੱਛੋਂ ਜਿੱਥੋਂ ਵੀ ਆਈਆਂ। ਠੀਕ ਹੈ ਵੀਰ ਜੀ ਲੈ ਜਾਓ ਜੀ। ਚਿਹਰਾ ਇਹਦਾ ਦੇਖ ਸਕਦੇ, ਬਾਕੀ ਝੱਬੂ ਕਿਸੇ ਨੂੰ ਵੀ ਨਹੀਂ ਪਾਇਆ, ਝੱਬੂ ਜਿਹੜਾ ਇਹ ਪਾਉਂਦੀਆਂ ਨਹੀਂ ਆ ਵੀਰ ਜੀ ਨਹੀਂ ਕਹਿੰਦੇ। ਦੰਦ ਵੀ ਇਹਦੇ ਆਪਾਂ ਤੁਹਾਨੂੰ ਹੁਣੇ ਚੈੱਕ ਕਰਾਉਂਦੇ ਹਾਂ। ਚੈੱਕ ਕਰਾ ਦਈਏ ਵੀਰ ਜੀ ਦੰਦ ਇਹਦੇ ਵੀ ਆਪਾਂ ਹਾਂ ਦੇ ਸਕਦੇ। ਹਵਾਨਾ ਜਿਹੜਾ ਚੰਗਾ ਤਿਆਰ ਕਰੂਗੀ ਸੂਣ ਤੱਕ। ਆਹ ਦੇ ਸਕਦੇ ਜੀ ਪਿਓਰ ਚਾਰ ਦੰਦ ਜਿਹਾ ਜੀ, ਜਿਹੜੇ ਇੱਧਰਲੇ ਦੰਦ ਜਿਹੜੇ ਇਹਦੇ ਦੋਵੇਂ ਖਲੋਤੇ ਆ ਅਤੇ ਸੂਆ ਦੂਸਰਾ ਜਿਹਦੇ ਹਾਈਟ ਵੀ ਜਿਹੜੀ ਇਹਦੀ ਕਾਫੀ ਉੱਚੀ ਆ ਅਤੇ ਬਾਕੀ ਮੂੰਹ ਜਿਹੜੇ ਪਿਓਰ ਚਾਰ ਦੰਦ ਆ ਜੇ ਦੰਦ ਤੋੜੇ ਵੀ ਨਹੀਂ ਆ ਅਤੇ ਹਵਾਨਾ ਜਿਹੜਾ ਆਪਾਂ ਦੇਖ ਸਕਦੇ ਹਾਂ। ਬਾਕੀ ਇਹ ਵੀ ਥੋੜ੍ਹੀ ਥੋੜ੍ਹੀ ਕਰੋਸ ਪੰਚ ਆ ਅਤੇ ਫੈਟ ਇਹਦੀ ਵੀ ਚੰਗੀ ਆਈ ਜਾਊਗੀ। ਅਤੇ ਹੁਣ ਜਿਹੜੀ ਇੱਕ ਤੁਹਾਨੂੰ ਵੈਂਡ 'ਤੇ ਦਿਖਾਉਣੀ ਆ ਇਹ ਵੀ ਕਾਫੀ ਕਮਾਲ ਦੀ ਵੈੜ ਹੈ। ਉਹ ਤੋਂ ਪਹਿਲਾਂ ਜਿਹੜਾ ਇਹਦਾ ਮੁੱਲ ਤੁਹਾਨੂੰ ਆਪਾਂ ਦੱਸ ਦਈਏ ਕਿੰਨਾ ਮੁੱਲ ਜੇ ਵਿਧੀ ਇਹਦਾ ਫਿਰ? ਮੁੱਲ ਵੀ ਜੀ ਇਹੋ ਜਿਹੀਆਂ ਮਸ਼ੀਨਾਂ ਕੋਈ 1.25 ਲੱਖ ਕਰੀ ਜਾਂਦਾ, ਕੋਈ ਜਿੰਨਾ ਮਰਜ਼ੀ ਕਰੀ ਜਾਵੇ, ਆਪਾਂ 80,000 ਦੇ ਦਾਂਗੇ। ਅੱਛਾ ਹਾਂਜੀ 80,000 ਦੇ ਦਿਓਗੇ, ਕਿੰਨਾ ਮਾਨ ਹੋ ਜਾਊਗਾ? 2000 ਰੁਪਈਆ ਕਰ ਦਾਂਗੇ। 2000 ਹੋ ਜਾਊ, ਹੋਰ ਹੋ ਜਾਊ ਮੌਕੇ 'ਤੇ ਕਰ ਦਾਂਗੇ ਮੌਕੇ 'ਤੇ ਕਿੰਨਾ ਹੋ ਜਾਊਗਾ ਮਾਨ? 1000 ਹੋਰ ਕਰ ਦਾਂਗੇ ਹੋਰ ਦੱਸੋ। ਅੱਛਾ ਠੀਕ ਹੈ ਜੀ ਚਲੋ, ਬਾਕੀ ਕੋਈ ਫੋਨ ਲਾਵੇ ਹੈ ਨਾ ਮੌਕੇ 'ਤੇ ਮਾਨ ਤਾਨ ਹੋ ਜਾਊਗਾ? ਠੀਕ ਹੈ ਜੀ। ਅਤੇ ਹੁਣ ਜਿਹੜੀ ਆਪਾਂ ਐਂਡ 'ਤੇ ਇੱਕ ਤੁਹਾਨੂੰ ਦਿਖਾਉਣੀ ਆ ਕਾਫੀ ਕਮਾਲ ਦੀ ਆ ਜਿਹੜੀ ਇਹ ਵੀ ਥੱਲਿਓਂ ਚੰਗਾ ਸੋਹਣਾ ਹਵਾਨਾ ਵਾ ਜਿਹੜਾ ਇਹਦਾ ਵੀ ਅਤੇ ਚੰਗੀ ਸਾਂਭੀ ਸੁੰਭੀ ਆ, ਕੱਦ ਜਿਹੜਾ ਇਹਦਾ ਵੀ ਜਿਹੜਾ ਕਾਫੀ ਉੱਚਾ ਵਾ। ਇਹਨੇ ਕਿੰਨਵਾਂ ਸੂਆ ਸੋਨਾ ਜੀ ਵੀਰ ਜੀ? ਅੱਛਾ ਇਹਨੇ ਦੂਸਰਾ ਸੂਆ ਸੋਨਾ ਆ। ਅਤੇ ਇਹਨੇ ਪਹਿਲੇ ਸੂਬੇ ਕਿੰਨਾ ਕੁ ਦੁੱਧ ਚਵਾਇਆ? ਅੱਛਾ ਪਹਿਲੇ ਸੂਬੇ 25 ਲੀਟਰ ਚਵਾਇਆ। ਅੱਛਾ 29-30 ਤੱਕ ਜਾ ਸਕਦੀ ਹੈ, ਬਾਕੀ ਚੰਗੀ ਸਾਂਭ ਵਾਲੀ ਜਗ੍ਹਾ ਤੋਂ ਆਈ ਹੈ ਨਾ।
ਖੋਲੀਆਂ ਫਿਰ ਤੋਰੀ ਇਹ ਕਿੰਨਾ ਟਾਈਮ ਸੋਨ ਚ ਖੜਦੀ ਜੇ ਇਹ ਲੈ ਜੂਗੇ ਲੈ 10 ਦਿਨ ਲੈ ਜੀਗੀ ਜੀ ਅੱਛਾ 10 ਦਿਨ ਲੈ ਜੂਗੀ ਹਾਂਜੀ ਹਾਂਜੀ ਢੀਲਾ ਢੁੱਲਾ ਹਵਾ ਨਾ ਕਾਫੀ ਬਹੁਤ ਦੇਖੋ ਜੀ ਅਟਰੂ ਤੇ ਬਹੁਤ ਵਧੀਆ ਜੀ ਠੀਕ ਹੈ ਜੀ ਆ ਜਾ ਲੈ ਆ ਲੈ ਬਾਕੀ ਰੱਸੀ ਨਾ ਤੁਰਨ ਦੀ ਆਦਤ ਘੱਟ ਹੈ ਥੋੜੀ ਜੀ ਚੰਗੀ ਸੰਭੀ ਸੁੰਭੀ ਆ ਜਲੀ बहुत ही वीर की डिमांड होंगी है चंगी वैड़ा की ठीक है वीर जी लाया जी बाकी ढिला ढुला हवाने च काफ़ी चंगा खुला हवाना जरा तैयार करूगी तो थाना का साइज तो गैप यदा भी एक लागे तो देख सकते जी तो के फिर मुल रखना जी वीर जी अच्छा यद मुल फोन पर करना वा ठीक है वीर जी और कुछ कहना फिर पर पहुंचे टाइम नहीं कई बार माल पवे मतलब जरूरत एक संपर्क कर ले है ठीक है जी ठीक है वीर जी बहुत बहुत धन्यवाद जी बाकी चारे जिहड़ियां गब्बना वा इत्थे आ के अपन वेख चाह के पसंद करके पास करके फिर पशु खड़ो जी हाँ जी दोस्तों वीडियो ने पूरा देखने लिए बहुत बहुत धन्यवाद जी।